एक पासे जिथे लहरा गागा विच चोरियां वधदियां जा रहियां हन उत्थे ही चोरां दे हौंसले भी बुलंद हुंदे जा रहे हन तां उत्थे ही इस वार संगरूर दी लहरा गागा पुलिस नूं वड्डी सफलता हासिल होई है जिथे पिछले दिनां विच लहरा गागा विच ट्रैक्टर ट्राली अते क्रेटा कार चोरी होई सी हुण लहरा गागा पुलिस ने उन्हां चोरां नूं फड़ सलाखा पिछे कर दिता है। लहरा गागा दे DSP रोशन लाल नाल गलबात करदे उन्हां ने दस्सिया कि इह तिन चोरां नूं पुलिस ने गिरफ्तार कर लिया है। इन्हां चोरां ने इह चोरी तों इलावा होर भी बहुत चोरियां कीतियां होईयां सन। पुलिस ने दस्सिया कि चोरां वल्लों जो कार चोरी कीती गई सी उसकी चाबी बनवाउण लई इह हिसार गए सन जिस तों बाद पुलिस नूं मिली गुप्त जानकारी दे तहत पुलिस भी उत्थे मौके उत्ते पहुंच गई अते चोरां नूं काबू कर लिया गया जिस दे बाद उन्हां ने कबूलिया कि उन्हां ने इह कार लहरा गागा तों चोरी कीती सी। इह जी साडे लहरे दे विच मिती 11 ते 12 दी दरमियानी रात नूं एक नवीं क्रेटा कार पटालिया महल्ले तों चोरी हो गई सी। जदों इह कार चोरी होई है तां मानयोग साडे SSP साहब जिहड़ा संगरूर दे ने श्री संदीप गर्ग साहब उन्हां दीआं दिशा निर्देशां अनुसार सानूं उन्हां ने कहा सी कि गड्डी जिहड़ी हर कीमत ते रिकवर होनी चाहीदी है जिहदे संबंध विच मैं SHO लहरा ते CI दी टीम बना के एक सिट बनाई गई सी जिन्हां नूं हदायत की गई सी कि इह हर हालत ते हर कीमत ते गड्डी जिहड़ी है रिकवर करनी है। आपां ने SHO लहरा ने बहुत मेहनत करके CIA स्टाफ नूं नाल लै के CCTV ਦੀ ਫੁਟੇਜ ਕੱਢ ਕੇ ਸੋਰਸ ਕੈਮ ਕਰਕੇ ਇਹ ਗੱਡੀ ਨੂੰ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। 17 ਤਰੀਕ ਨੂੰ ਇਹਨਾਂ ਦੇ ਕੋਲ ਜਿਹੜੇ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ 'ਤੇ ਦੋਸ਼ੀ ਜਿਹੜੇ ਨਾਮਜ਼ਦ ਹੋਏ ਇਹਨਾਂ ਨੇ 10 ਦੋਸ਼ੀ ਜਿਹੜੇ ਉਹ ਮੁਕੱਦਮੇ ਦੇ ਵਿੱਚ ਨਾਮਜ਼ਦ ਕੀਤੇ ਔਰ ਉਸ ਤੋਂ ਬਾਅਦ ਇਹਨਾਂ ਨੇ 18 ਤਰੀਕ ਨੂੰ ਜਦੋਂ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲੀ ਤਾਂ ਇਹਨਾਂ ਨੇ ਹਿਸਾਰ ਪਹੁੰਚ ਕੇ ਆਟੋ ਮਾਰਕੀਟ ਦੇ ਵਿੱਚ ਇਹ 3 ਦੋਸ਼ੀ ਪਵਨ ਕੁਮਾਰ, ਰਾਹੁਲ ਕੁਮਾਰ ਅਤੇ ਨਰੇਸ਼ ਕੁਮਾਰ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਜਿਹੜੇ ਕਿ ਸਫਾਰੀ ਗੱਡੀ ਤੇ ਆਏ ਸੀਗੇ ਉੱਥੇ ਇਹ ਗੱਡੀ ਤੇ ਆ ਕੇ ਇਹਨਾਂ ਨੇ ਜਿਹੜੀ ਕ੍ਰੇਟਾ ਚੋਰੀ ਕੀਤੀ ਸੀ ਲਹਿਰੇ ਤੋਂ ਉਸ ਗੱਡੀ ਕਿਉਂਕਿ ਉਹ ਕੰਪਨੀ ਦੀ ਗੱਡੀ ਸੀ ਉਹਨੂੰ ਦੂਸਰੀ ਚਾਬੀ ਲੱਗਦੀ ਨਹੀਂ ਉਹ ਖੁੱਲੀ ਨਹੀਂ ਸੀ ਇਹਨਾਂ ਤੋਂ ਇਹਨਾਂ ਨੇ ਉੱਥੇ ਚਾਬੀ ਬਣਾਉਣ ਵਾਸਤੇ ਉਹ ਆਏ ਸੀ ਕਿਸੇ ਤੋਂ ਸਾਨੂੰ ਇਨਫੋਰਮੇਸ਼ਨ ਮਿਲ ਗਈ ਇਹ SHO ਸਾਹਿਬ ਆਪਣੀ ਟੀਮ ਨਾਲ ਉੱਥੇ ਪਹੁੰਚ ਕੇ ਇਹ ਤਿੰਨੋਂ ਬੰਦੇ ਉੱਥੇ ਗ੍ਰਿਫਤਾਰ ਕਰ ਲਏ ਸੀ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੇ ਫਿਰ ਦੱਸਿਆ ਕਿ ਜਿਹੜੀ ਇਹ ਕ੍ਰੇਟਾ ਗੱਡੀ ਅਸੀਂ ਲਹਿਰੇ ਤੋਂ ਚੋਰੀ ਕੀਤੀ ਹੈ ਇਹ ਗੱਡੀ ਅਸੀਂ ਉੱਥੇ ਸਿਰਸੇ ਜਿਹੜੀ ਹੈ ਲਕਾਸ਼ ਪਾ ਕੇ ਰੱਖੀ ਹੋਈ ਹੈ ਅਤੇ ਸਾਡੀ ਟੀਮ ਦੋਸ਼ੀਆਂ ਨੂੰ ਨਾਲ ਲੈ ਕੇ ਸਿਰਸੇ ਪਹੁੰਚੀ। ਸਿਰਸੇ ਤੋਂ ਇਹ ਗੱਡੀ ਅਸੀਂ ਰਿਕਵਰ ਕੀਤੀ, ਰਿਕਵਰ ਕਰਕੇ ਲਿਆ ਕੇ ਜਦੋਂ ਦੋਸ਼ੀਆਂ ਨੂੰ ਫਿਰ ਅਸੀਂ ਇੱਥੇ ਬੰਦ ਕੀਤਾ। ਅਗਲੇ ਦਿਨ ਅਸੀਂ ਜਦੋਂ 19 ਤਰੀਕ ਨੂੰ ਦੋਸ਼ੀਆਂ ਨੂੰ ਪੇਸ਼ ਕੀਤਾ 3 ਦਿਨ ਦਾ ਅਸੀਂ ਪੁਲਿਸ ਰਿਮਾਂਡ ਲਿਆ ਔਰ ਦੌਰਾਨੇ ਰਿਮਾਂਡ 22 ਤਰੀਕ ਨੂੰ ਇਹਨਾਂ ਦੋਸ਼ੀਆਂ ਦੇ ਵਿੱਚੋਂ ਜਿਹੜਾ ਮੇਨ ਦੋਸ਼ੀ ਹੈ ਪਵਨ ਕੁਮਾਰ ਇਹਨੇ ਇਕਵਾਲ ਕੀਤਾ ਕਿ ਜਿਹੜਾ ਮੈਂ ਪਿਛਲੀ 9-10 ਤਰੀਕ ਨੂੰ ਸੰਗਰੂਰ ਤੋਂ ਇੱਕ ਸੋਨਾਲੀਕਾ ਟਰੈਕਟਰ ਜਿਹੜਾ ਮੇਰੇ ਹੋਰ ਸਾਥੀਆਂ ਨਾਲ ਮਿਲ ਕੇ ਅਸੀਂ ਜਿਹੜੇ ਬਾਕੀ ਹੋਰ ਨੋਮੀਨੇਟ ਦੋਸ਼ੀ ਹੋਏ ਸੀ ਉਹਨਾਂ ਦੇ ਨਾਲ ਮਿਲ ਕੇ ਟਰੈਕਟਰ ਅਸੀਂ ਇੱਥੋਂ ਚੋਰੀ ਕੀਤਾ ਸੀਗਾ ਸੀਮਿੰਟ ਮਾਰਕੀਟ ਮਿੱਤਲ ਸੀਮਿੰਟ ਸਟੋਰ ਤੋਂ ਔਰ ਇਹ ਜਿਹੜਾ ਟਰੈਕਟਰ ਹੈ ਇਹ ਅਸੀਂ ਡੱਬ ਵਾਲੀ ਰੱਖਿਆ ਹੋਇਆ ਤਾਂ 22 ਤਰੀਕ ਨੂੰ SHO ਸਾਹਿਬ ਨੇ ਬਹੁਤ ਮਿਹਨਤ ਕਰਕੇ ਨਾਲ ਟੀਮ ਲੈ ਕੇ ਡੱਬ ਵਾਲੀ ਤੋਂ ਇਹ ਟਰੈਕਟਰ ਜਿਹੜਾ ਬਰਾਮਦ ਕਰਵਾਇਆ ਔਰ ਉਸ ਤੋਂ ਬਾਅਦ ਇਹ ਸਾਰੀਆਂ ਗੱਡੀਆਂ ਇੱਥੇ ਅਸੀਂ ਬਰਾਮਦ ਕੀਤੀਆਂ ਔਰ ਮਿਹਨਤ ਕਰਕੇ ਸਾਰਾ ਕੁਝ ਕੀਤਾ ਗਿਆ। SHO ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਇਸ ਕੇਸ 'ਚ ਔਰ ਇਹਦੇ ਵਿੱਚ ਜਿਹੜੇ ਬਾਕੀ ਦੋਸ਼ੀ ਹੈਗੇ ਆ ਉਹ ਅਜੇ ਗ੍ਰਿਫਤਾਰ ਕਰਨੇ ਬਾਕੀ ਹੈ। ਸਾਨੂੰ ਪੂਰੀ ਆਸ ਹੈ, ਅਸੀਂ ਟੀਮਾਂ ਬਣਾਈਆਂ ਹੋਈਆਂ ਔਰ ਜਲਦੀ ਤੋਂ ਜਲਦੀ ਇਹ ਬਾਕੀ ਦੋਸ਼ੀ ਵੀ ਗ੍ਰਿਫਤਾਰ ਕਰਾਂਗੇ ਔਰ ਜਿੰਨੀ ਰਿਕਵਰੀ ਹੋ ਸਕਦੀ ਵੱਧ ਤੋਂ ਵੱਧ ਸਾਨੂੰ ਹੋਣ ਦੀ ਆਸ ਹੈ। ਇਹ ਕਾਫੀ ਕ੍ਰਿਮੀਨਲ ਬੰਦੇ ਆ ਜੀ, ਇਹ ਸਾਰੇ ਬੰਦੇ ਹਰਿਆਣੇ ਦੇ ਆ ਔਰ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਪਰਚੇ ਦਰਜ ਹੈ ਔਰ ਇਹੀ ਕੰਮ ਇਹ ਕਰਦੇ, ਪਿਛਲੇ ਕਈ ਸਾਲਾਂ ਤੋਂ ਇਹੀ ਕੰਮ ਕਰਦੇ ਆ। ਇਹ ਕੀ ਕਰਦੇ ਆ ਜੀ, ਇੱਧਰ ਆ ਕੇ ਕਮਰੇ ਕਿਰਾਏ 'ਤੇ ਲੈ ਕੇ ਰਹਿ ਲੈਂਦੇ ਆ, ਚੋਰੀ ਗੱਡੀਆਂ ਕਰਕੇ ਉੱਧਰ ਲੈ ਜਾਂਦੇ, ਉੱਥੇ ਜਾ ਕੇ ਮਹਿੰਗੀਆਂ ਗੱਡੀਆਂ ਨਵੀਆਂ ਗੱਡੀਆਂ ਜਿਹੜੀਆਂ ਬਹੁਤ ਘੱਟ ਕੀਮਤ 'ਤੇ ਵੇਚ ਕੇ ਇਹ ਕੰਮ ਕਰਦੇ ਆ। ਜਿਹੜੇ ਬਾਕੀ ਦੋਸ਼ੀ ਨੇ ਕਿੰਨੇ ਜਿਹੜੇ ਹੈਗੇ ਸੀ ਬੰਦੇ ਜਿਹੜੇ ਇਹਦੇ 'ਚ ਕੁੱਲ ਟੋਟਲ ਹਾਂਜੀ ਇਹ ਟੋਟਲ 10 ਦੋਸ਼ੀ ਨੇ ਜੀ। 10 ਦੇ ਵਿੱਚੋਂ ਅਸੀਂ 3 ਗ੍ਰਿਫਤਾਰ ਕਰ ਲਏ, 7 ਰਹਿੰਦੇ ਆ, ਆਉਣ ਵਾਲੇ ਟਾਈਮ 'ਚ ਜਲਦੀ ਅਸੀਂ ਇਹ ਗ੍ਰਿਫਤਾਰ ਕਰਕੇ ਹੋਰ ਰਿਕਵਰੀ ਕਰਾਵਾਂਗੇ। ਪ੍ਰਾਈਮ ਮੁੱਦੇ ਲਈ ਸੰਗਰੂਰ ਤੋਂ ਗਗਨਦੀਪ ਸਿੰਘ ਦੀ ਰਿਪੋਰਟ।